ਅੰਮ੍ਰਿਤਸਰ ਲੋਕ ਸਭਾ ਚੋਣਾਂ ਦੇ ਚੱਲਦਿਆਂ ਅੰਮ੍ਰਿਤਸਰ ਦੇ 152 53 ਪੋਲਿੰਗ ਬੂਥਾਂ ਤੇ ਅਕਾਲੀ ਕਾਂਗਰਸ ਦੇ ਵਰਕਰ ਭਿੜ ਗਏ, ਜਿਸ ਵਿੱਚ ਅਕਾਲੀ ਦਲ ਦੇ 2 ਵਰਕਰ ਜ਼ਖਮੀ ਹੋਏ ਹਨ। ਮਾਮਲਾ ਪੋਲਿੰਗ ਬੂਥ ਵਿੱਚ ਮੋਬਾਈਲ ਦੀ ਵਰਤੋਂ ਕਰਨ ਨੂੰ ਲੈ ਕੇ ਹੋਇਆ ਹੈ। ਮੌਕੇ ਤੇ ਪਹੁੰਚ ਕੇ ਪੁਲਿਸ ਵੱਲੋਂ ਮਾਮਲੇ ਨੂੰ ਸ਼ਾਂਤ ਕਰਵਾਇਆ ਗਿਆ। ਵੋਟ ਮਾਰ ਕੇ ਬਾਹਰ ਨਿਕਲੇ ਆ ਜੀ। ਇਹ ਨਿਰਮਲ ਸਿੰਘ ਨਿੰਮਾ ਜਿਹੜਾ ਨਾਮ ਦਾ ਵਿਅਕਤੀ ਆ, ਇਹ ਆਪਣੇ ਆਪ ਨੂੰ ਬਹੁਤ ਮਤਲਬ ਕਿ ਬਦਮਾਸ਼ ਟਾਈਪ ਬੰਦਾ ਗਿਣਦਾ ਹੈਗਾ, ਅਤੇ ਅੰਦਰੋਂ ਮੋਬਾਈਲ ਲੈ ਕੇ ਗਿਆ ਸੀਗਾ ਅਤੇ ਇਹਨੂੰ ਅੰਦਰੋਂ ਕਿਸੇ ਵਿਅਕਤੀ ਨੇ ਡੱਕਿਆ ਵੀ ਮਤਲਬ ਕਿ ਤੂੰ ਮੋਬਾਈਲ ਲੈ ਕੇ ਅੰਦਰ ਕਿਉਂ ਗਿਆ ਵਾ, ਅਤੇ ਇਸੇ ਕਰਕੇ ਅੰਦਰੋਂ ਗਾਲਾਂ ਗੂਲਾਂ ਕੱਢਦਾ ਆਇਆ। ਅਤੇ ਮੈਂ ਇਹੀ ਬੇਨਤੀ ਕੀਤੀ, ਮੈਂ ਕਿਹਾ ਗਾਲਾਂ ਨਾ ਕੱਢੋ, ਗਾਲਾਂ ਕੱਢਣ 'ਚ ਕੋਈ ਫਾਇਦਾ ਨਹੀਂ ਗਾ, ਅਤੇ ਇਸੇ ਗੱਲੋਂ ਇਹ ਤੁਸੀਂ ਮਤਲਬ ਕਿ ਮੈਨੂੰ ਵੀ ਗਾਲੀ ਗਲੋਚ ਕਰਨ ਲੱਗ ਪਿਆ ਵੀ ਤੁਸੀਂ ਇੱਕ ਪਾਰਟੀ ਦੇ ਬੰਦੇ ਜੇ, ਤੁਹਾਨੂੰ ਹੀ ਮਤਲਬ ਕਿ ਇੱਥੇ ਤੁਹਾਡੀ ਚੱਲਣ ਨਹੀਂ ਦੇਣੀ। ਪੁਲਿਸ ਅਧਿਕਾਰੀ ਲਾਗੇ ਸੀਗਾ ਜੀ, ਉਹਨਾਂ ਨੇ ਕੋਈ ਪਹਿਲਾਂ ਬੈਠੇ ਰਹੇ ਆ, ਉਹਨਾਂ ਨੇ ਕੋਈ ਵੀ ਉਹਨੂੰ ਕਿਹਾ ਨਹੀਂ ਵੀ ਤੂੰ ਗਾਲੀ ਨਾ ਗਾਲਾਂ ਨਾ ਕੱਢ, ਅਤੇ ਉਹ ਇਸੇ ਗੱਲੋਂ ਗਾਲਾਂ ਕੱਢੀ ਗਿਆ। ਅਤੇ ਮੈਂ ਉਹਨੂੰ ਸਿਰਫ ਇਹੀ ਬੇਨਤੀ ਕੀਤੀ ਵੀ ਤੂੰ ਗਾਲਾਂ ਨਾ ਕੱਢ, ਇਸੇ ਗੱਲੋਂ ਉਹਨੇ ਮੇਰੇ ਘਸੁੰਨ ਮਾਰ ਦਿੱਤਾ, ਘਸੁੰਨ ਮਾਰ ਕੇ ਨਾਲ ਮੇਰੀ ਪੱਗ ਉਹਨੇ ਲਾ ਦਿੱਤੀ। ਪਹਿਲਾਂ ਅਸੀਂ ਦੋਵੇਂ ਇਕੱਲੇ ਹਾਂ, ਬਾਅਦ ਉਹਦੇ ਲਾਗੇ 2-3 ਬੰਦੇ ਆ ਗਏ ਸੀਗੇ ਜੀ, ਅਤੇ ਪੁਲਿਸ ਨੂੰ ਕੰਪਲੇਂਟ ਕਰ ਦਿੱਤੀ। ਉਹ ਕਹਿੰਦੇ ਕੋਈ ਗਲਤੀ ਬਣਦੀ ਕਾਰਵਾਈ ਕਰਾਂਗੇ। ਅਤੇ ਜ਼ਖਮੀ ਅਸੀਂ ਮਾਮਾ ਭੜਵਾਈ ਹੋਏ ਜੀ, ਮਾਮੇ ਦੇ ਵੀ ਮਤਲਬ ਕਿ ਬਾਅਦ 'ਚ ਹੱਥੀ ਪਿਆ, ਉਹ ਹਾਰਟ ਦਾ ਪੇਸ਼ੈਂਟ ਆ। ਨਹੀਂ ਕੋਈ ਸਾਡੀ ਇਹ ਵੋਟਾਂ ਦੇ ਵਿੱਚ ਹੀ ਆ, ਸਾਨੂੰ ਕੋਈ ਪੁਰਾਣੀ ਰੰਜਿਸ਼ ਨਹੀਂ ਹੈਗੀ ਜੀ। ਇਹੋ ਹੀ ਆ ਕਿ ਉਹ ਆਪਣੇ ਆਪ ਨੂੰ ਤੋੜਨ ਦੀ ਕੋਸ਼ਿਸ਼ ਕਰਦਾ, ਅਸੀਂ ਨਹੀਂ ਟੁੱਟਦੇ। ਮੇਰੇ ਇੱਕ ਸੱਟ ਆ ਲੱਗੀ ਆ ਜੀ, ਇਹਨੇ ਇੱਥੇ ਇਹਨੇ ਘਸੁੰਨ ਮਾਰਿਆ, ਅਤੇ ਇੱਕ ਆ ਮੇਰੇ ਨੱਕ 'ਤੇ ਲੱਗੀ ਆ। ਜਦੋਂ ਉਹਨੇ ਘਸੁੰਨ ਮਾਰਿਆ ਫਿਰ ਮਤਲਬ ਕਿ ਇਹ ਅੰਦਰ ਦਾ ਨਹੀਂ, ਅੰਦਰੋਂ ਸਿਰਫ ਇਹੋ ਹੀ ਪਤਾ ਲੱਗਾ ਕਿ ਇਹ ਮੋਬਾਈਲ ਲੈਣ ਲੈ ਕੇ ਅੰਦਰ ਗਿਆ ਵਾ। ਹੁਣ ਅੰਦਰ ਦੇ ਬਾਰੇ ਸਾਨੂੰ ਕੁਛ ਨਹੀਂ ਪਤਾ ਵੀ ਅੰਦਰ ਕੀ ਹੋਇਆ। ਜਦੋਂ ਅੰਦਰੋਂ ਗਾਲਾਂ ਕੱਢਦਾ ਆਇਆ, ਅਸੀਂ ਇਹੀ ਕੋਸ਼ਿਸ਼ ਕੀਤੀ ਵੀ ਗਾਲਾਂ ਨਾ ਕੱਢੋ। ਹਾਂਜੀ, ਬੂਥ ਨੰਬਰ 152 ਅਤੇ 153 ਜਿਹੜਾ ਹੈਗਾ SR ਮਾਡਲ ਸਕੂਲ ਪੈਂਦਾ ਜੀ, ਡਰਮਾਲਾ ਬਾਜ਼ਾਰ। ਇੱਥੇ ਦੋਨਾਂ ਧਿਰਾਂ 'ਚ ਕਲੈਸ਼ ਹੋਇਆ ਸੀਗਾ, ਥੋੜ੍ਹਾ ਆਪਸ ਵਿੱਚ ਤੂੰ ਤੂੰ ਮੈਂ ਹੋਈ ਆ ਜੀ, ਅਤੇ ਉਸੇ ਵੇਲੇ ਮੌਕੇ 'ਤੇ ਪਹੁੰਚ ਕੇ ਅਸੀਂ ਸਾਰਾ ਕੰਟਰੋਲ ਕਰ ਲਿਆ ਜੀ। ਨਹੀਂ ਜੀ, ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਆ, ਅੰਦਰ ਨਹੀਂ ਹੋਈ, ਪਰ ਅਸੀਂ ਉਹਨੂੰ ਕਲੀਅਰ ਕਰ ਰਹੇ ਹਾਂ। ਇੱਕ ਦੂਜੇ 'ਤੇ ਇਲਜ਼ਾਮ ਲਾਉਂਦੇ ਨਹੀਂ ਕਿ ਉਹਨੇ ਮੈਨੂੰ ਗੱਲ ਕੱਢੀ, ਉਹਨੇ ਮੈਨੂੰ ਗੱਲ ਕੱਢੀ ਆ, ਉਹ ਆਪਾਂ ਕਲੀਅਰ ਕਰ ਰਹੇ ਹਾਂ ਜੀ, ਇਹਦਾ ਕਸੂਰ ਹੋਊਗਾ। ਨਹੀਂ ਜੀ, ਨਹੀਂ, ਇਲੈਕਸ਼ਨ ਦੌਰਾਨ ਆਪ ਦੋਨੋਂ ਧਿਰਾਂ ਜਿਹੜੀਆਂ ਇੱਕ ਦੂਜੇ ਦੀ ਹਮਾਇਤ ਕਰਦੇ ਨੇ, ਉਹ ਆਪਸ ਵਿੱਚ ਉਹਨਾਂ ਦਾ ਕੁਝ ਤਕਰਾਰ ਥੋੜ੍ਹਾ ਹੋਇਆ ਵਾ, ਬਾਕੀ ਅਸੀਂ ਜੋ ਬਣਦੀ ਹੋਊਗੀ ਕਾਰਵਾਈ ਕਰਾਂਗੇ ਜੀ ਅਸੀਂ ਮਿਲ ਕੇ। ਮੇਰਾ ਨਾਮ ਨਿਰਮਲ ਸਿੰਘ ਨਿੰਮਾ ਜੀ, ਮੈਂ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦਾ ਜੀ। ਕੀ ਜੇ ਸਾਰਾ ਮਸਲਾ ਜਿਹੜਾ ਤੁਹਾਡਾ ਬੂਥ ਦੇ ਅੰਦਰ ਚੱਲਦਾ? ਮੈਂ ਜੀ ਵਾਰਡ ਨੰਬਰ 43 ਦੇ ਵਿੱਚ ਮੈਨੂੰ ਔਜਲਾ ਸਾਹਿਬ ਵੱਲੋਂ 4 ਬੂਥ ਮਿਲੇ ਸੀਗੇ, ਅਤੇ ਮੈਂ ਉਹਨਾਂ ਦਾ ਇੰਚਾਰਜ ਸੀਗਾ, ਅਤੇ ਮੈਨੂੰ ਅੱਗੇ ਵੀ ਕੰਪਲੇਂਟ ਮਿਲ ਰਹੀ ਸੀ ਵੀ ਬੂਥ ਨੰਬਰ 152 ਦੇ ਵਿੱਚ ਕੋਈ ਮੁੰਡਾ ਸਮੈਕ ਪੀ ਕੇ ਬੈਠਾ ਹੋਇਆ ਵਾ। ਅਤੇ ਜਦੋਂ ਮੈਂ ਕਿਹਾ ਚਲੋ ਮੈਂ ਆਪਣੀ ਵੋਟ ਪਾ ਉਹਨਾਂ ਨਾਲੇ ਚੈੱਕ ਕਰਕੇ ਆਉਣਾ, ਮੈਂ ਆਪਣੀ ਵੋਟ ਪਾਉਣ ਗਿਆ, ਚੈੱਕ ਕਰਨ ਗਿਆ, ਉਹ ਮੁੰਡਾ ਹਰ ਇੱਕ ਨੂੰ ਹਰਾਸਮੈਂਟ ਕਰ ਰਿਹਾ ਸੀਗਾ। ਅਤੇ ਜਦੋਂ ਮੈਂ ਉਹਦੇ ਨਾਲ ਗੱਲਬਾਤ ਕੀਤੀ ਤਾਂ ਮੇਰੇ ਨਾਲ ਉੱਚਾ ਨੀਵਾਂ ਹੋ ਗਿਆ, ਮੇਰੇ ਨਾਲ ਅੰਦਰ ਬਹਿਸ ਕਰਨ ਲੱਗ ਪਿਆ, ਉਹਦੀ ਬਹਿਸ ਕਰਕੇ ਮੈਂ ਬਾਹਰ ਆ ਗਿਆ। ਇਹਨੇ ਨੂੰ ਇਹਨਾਂ ਦੇ ਬੰਦੇ ਬਾਹਰ ਖੜ੍ਹੇ ਸੀਗੇ, ਇਹਨਾਂ ਨੇ ਆਵਾਜ਼ ਸੁਣੀ ਵੀ ਅੰਦਰ ਰੌਲਾ ਪੈਣ ਦਿਆ ਵਾ। ਇਹਨਾਂ ਦੇ ਬੰਦੇ ਸੀਗੇ, ਇੱਕ ਗਾ ਸੀਗਾ ਹਰਜੀਤ ਸਿੰਘ ਲਵਲੀ ਫੈਨ ਵਾਲਾ, ਇੱਕ ਸੀਗਾ ਆਪਣਾ ਲੱਖਾ ਲਖਵਿੰਦਰ ਸਿੰਘ ਲੱਖਾ, ਇੱਕ ਗਾ ਸੀਗਾ ਆਪਣਾ ਲੱਖੇ ਦਾ ਭਰਾ, ਇੱਕ ਮੁੰਡਾ ਹੈਗਾ ਵਾ ਸ਼ੇਰਾ, ਅਤੇ 2-3 ਹੋਰ। ਇਹ ਤਾਂ ਨਾਲ ਇਹਨਾਂ ਦੇ ਜਸਕੀਰਤ ਸਿੰਘ ਖੜ੍ਹਾ ਸੀਗਾ। ਮੈਂ ਬਾਹਰ ਆਇਆ, ਆਉਂਦੇ ਜਸਕੀਰਤ ਸਿੰਘ ਨੇ ਕਿਹਾ ਵੀ ਇਹਨੂੰ ਫੜ ਦਿਉ। ਇਹ ਸਾਰੇ ਮੇਰੇ ਗਲ ਪੈ ਗਏ ਆ ਜੀ, ਇਹਨਾਂ ਨੇ ਗਲ ਪੈ ਕੇ ਮੇਰੀ ਪੱਗ ਲਾਤੀ, ਅਤੇ ਮੇਰੀ ਪੱਗ ਲਾ ਕੇ ਇਹਨਾਂ ਨੇ ਮਤਲਬ ਕਿ ਮੈਨੂੰ ਮਾਰਨ ਗਿਆ। ਮੈਨੂੰ ਬੜੀ ਮੁਸ਼ਕਿਲ, ਡਿਪਾਰਟਮੈਂਟ ਨੇ ਮੈਨੂੰ ਜਿਹੜੇ ਪੁਲਿਸ ਇੱਥੇ ਲੱਗੀ ਜਿੰਨੇ ਡਿਊਟੀ, ਉਹਨਾਂ ਨੇ ਮੇਰੀ ਜਾਨ ਬਚਾਈ ਹੈ ਜੀ। ਇਹ ਅਕਾਲੀਏ ਜਿਹੜੇ ਸੱਚੀ ਗੱਲ ਹੀ ਕਹਿੰਦੇ ਆ ਵੀ ਜਿਹੜੀ ਇੰਨੇ ਆਪਾਂ ਸੁਣਦੇ ਆ ਰਹੇ ਹਾਂ ਵੀ ਨਸ਼ੇ ਦੇ ਆਦੀ ਨੇ, ਇਹ ਅੱਜ ਇਹਨਾਂ ਨੇ ਪ੍ਰੂਫ ਕਰਤਾ ਵੀ ਅਸੀਂ ਆਪਣੇ ਪੋਲ ਏਜੰਟ ਵੀ ਸਮੈਕ ਦੇ ਨਸ਼ੇ ਦੇ ਵਿੱਚ ਪਾਏ ਹੋਏ ਆ। ਮੈਮ ਨਹੀਂ ਜੀ, ਨਹੀਂ, ਇਹ ਸਿਰਫ ਇੱਕ ਆਪਣੀ ਹਾਰ ਨੂੰ ਵੇਖਦੇ ਹੋਏ ਅਤੇ ਜਾਂ ਨਸ਼ੇ ਨੂੰ ਇਹ ਪਹਿਲ ਦਿੰਦੇ ਪਏ ਆ। ਜੇ ਨਸ਼ਾ ਜੇ ਆਪਾਂ ਇੱਥੋਂ ਤੱਕ ਗਿਰ ਚੁੱਕੇ ਹਾਂ ਕਿ ਆਪਾਂ ਆਪਣੇ ਪੋਲ ਏਜੰਟ ਨਸ਼ੇ ਨਾਲ ਸਮੈਕ ਪੀਤੇ ਪਾਏ ਹੋਏ ਆ, ਅਤੇ ਇਹਨਾਂ ਨੂੰ ਆਪਣੀ ਹਾਰ ਬਰਦਾਸ਼ਤ ਨਹੀਂ ਹੁੰਦੀ ਬਈ, ਇਹ 15-20 ਜਣੇ ਇਕੱਲੇ ਦੇ ਗਲ ਪਏ ਆ ਜੀ। ਮੈਂ ਮੰਗ ਕਰਦਾ ਜੀ ਇਹਨਾਂ ਦੀ ਵੱਧ ਤੋਂ ਵੱਧ ਇਹਨਾਂ 'ਤੇ ਜੋ ਵੀ ਬਣਦੀ ਕਾਰਵਾਈ ਕੀਤੀ ਜਾਵੇ।